ਜਦੋਂ ਸੀਐਮ ਸਾਹਿਬ ਤੁਸੀਂ ਇਕੱਠ ਦੇ ਵਿੱਚ ਆਉਂਦੇ ਹੋ ਜਾਂ ਰੋਡ ਸ਼ੋਅ ਕਰਦੇ ਹੋ, ਤੁਸੀਂ ਇੱਕ ਗੱਲ ਕਹਿੰਦੇ ਜੇ ਕਿ ਦੱਸੋ ਲੋਕੋ ਤੁਹਾਡਾ ਬਿੱਲ ਜ਼ੀਰੋ ਆਉਂਦਾ ਕਿ ਨਹੀਂ ਆਉਂਦਾ, ਹੱਥ ਖੜੇ ਕਰੋ, ਤੇ ਸਾਰੇ ਹੱਥ ਖੜੇ ਕਰਕੇ ਕਹਿੰਦੇ ਨੇ ਹਾਂਜੀ ਸਾਡਾ ਬਿੱਲ ਜ਼ੀਰੋ ਆ ਰਿਹਾ। ਤੇ ਇੱਕ ਗੱਲ ਵਿੱਚ ਜ਼ਰੂਰ ਬੋਲ ਕੇ ਪੁੱਛਿਆ ਕਰੋ ਕਿ ਲੋਕੋ ਜਿੰਨੇ ਜਾਣੇ ਬੈਠੇ ਜੇ ਦੱਸੋ ਤੁਹਾਡੇ ਚੋਂ ਕਿੰਨੇ 22 ਵਾਲੇ ਨੇ, ਕਿੰਨੇ 14 ਵਾਲੇ ਨੇ, ਕਿੰਨੇ 19 ਵਾਲੇ ਨੇ, ਹੱਥ ਖੜੇ ਕਰੋ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਵਿੱਚ ਬਸ 5-4% ਹੀ ਹੱਥ ਖੜੇ ਹੋਣਗੇ, 100 ਬੰਦੇ ਦੇ ਵਿੱਚੋਂ 4 ਬੰਦਿਆਂ ਦੇ ਹੱਥ ਖੜੇ ਹੋਣਗੇ, ਅੱਬਲ ਉਹ ਵੀ ਨਹੀਂ ਹੋਣੇ। ਤੇ ਤੁਹਾਡੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਤੁਸੀਂ ਭੁਮੱਕੜ ਕਹਿੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਨਾ ਤੁਹਾਡੇ ਬਾਲੇ ਹੋਏ ਬੂੰਦ ਬੂੰਦ ਤੇਲ ਦਾ ਮੈਂ ਮੁੱਲ ਮੋੜੂੰਗਾ, ਅੱਜ ਬਾਈ ਉਹ ਜਮਾਂ ਟੁੱਟ ਕੇ ਘਰੇ ਬਹਿ ਗਏ ਨੇ। ਤੇ ਜਿਹੜੇ ਸਾਨੂੰ ਟੌਟ ਮਾਰਦੇ ਸੀ, ਜਿਹੜੇ ਕਹਿੰਦੇ ਬੌਕਰ ਵਾਲੇ ਕੂਚੀ ਵਾਲੇ, ਉਹ ਬੰਦਿਆਂ ਨੂੰ ਮੂਹਰੇ ਲਾ ਰਿਹਾ ਉਹਨਾਂ ਦੇ ਸਿਰਾਂ ਤੇ ਭਾਰੇ ਜੇ, ਮੈਂ ਲਿਖ ਕੇ ਦਿੰਦਾ ਮੇਰੇ ਤੋਂ ਕਾਗਜ਼ ਤੇ ਸਾਈਨ ਕਰਾ ਲਓ, ਇਹਨਾਂ ਦੇ ਵਿੱਚੋਂ 80% ਬੰਦੇ ਘਰ ਵਾਪਸੀਆਂ ਕਰਨਗੇ, ਹੁਣ ਨਹੀਂ 27 ਚ 80% ਬੰਦੇ ਆਪਦੀਆਂ ਪਾਰਟੀਆਂ ਚਲੇ ਜਾਣੇ ਨੇ। ਫਿਰ ਤੁਸੀਂ ਕਾਪੀਆਂ ਤੇ ਫਰੋਲ ਫਰੋਲ ਕੇ ਨੰਬਰ ਲੱਭੋਗੇ, 22 ਆ ਜਿਹੜੀਆਂ 2022 ਵਾਲੀਆਂ ਕਾਪੀਆਂ ਚੱਕੋਗੇ ਕਿ ਉਹਨਾਂ ਨੂੰ ਲਾਓ ਫੋਨ ਹੁਣ ਤੇ ਜਨਾਬ ਅੱਜ ਤੁਸੀਂ ਨੀ ਉਹਨਾਂ ਦੀ ਸਾਰ ਲੈ ਰਹੇ, ਤੁਸੀਂ ਨੀ ਉਹਨਾਂ ਦੀ ਸੁਣਦੇ, ਤੇ ਬਾਅਦ ਦੇ ਵਿੱਚ 27 ਦੇ ਵਿੱਚ ਸੁਣਨੀ ਇਹਨਾਂ ਨੇ ਵੀ ਨਹੀਂ ਤੁਹਾਡੀ, ਕਿਉਂਕਿ ਇੱਕ ਵਾਰੀ ਕਿਸੇ ਨੂੰ ਧੋਖਾ ਦਿੱਤਾ ਜਾ ਸਕਦਾ, ਵਾਰ ਵਾਰ ਨਹੀਂ। ਤਾਂ ਕਰਕੇ ਸੀਐਮ ਸਾਹਿਬ ਆਖਰੀ ਉਮੀਦ ਹੀ ਹੈ ਤੁਸੀਂ ਪਲੀਜ਼ ਜਿਹੜੇ ਤੁਹਾਡੇ ਵਧਾਇਕਾਂ ਦੀਆਂ ਵਧਾਇਕੀਆਂ ਨੇ ਸਾਡੇ ਪੁਰਾਣੇ ਵਰਕਰਾਂ ਤੇ ਹੱਦੋਂ ਵੱਧ ਚੱਕੀਆਂ ਨੇ, ਕਿਰਪਾ ਕਰਕੇ ਧਿਆਨ ਦਿਓ। ਜਦੋਂ ਸੀਐਮ ਸਾਹਿਬ ਤੁਸੀਂ ਇਕੱਠ ਦੇ ਵਿੱਚ ਆਉਂਦੇ ਹੋ ਜਾਂ ਰੋਡ ਸ਼ੋਅ ਕਰਦੇ ਹੋ, ਤੁਸੀਂ ਇੱਕ ਗੱਲ ਕਹਿੰਦੇ ਜੇ ਕਿ ਦੱਸੋ ਲੋਕੋ ਤੁਹਾਡਾ ਬਿੱਲ ਜ਼ੀਰੋ ਆਉਂਦਾ ਕਿ ਨਹੀਂ ਆਉਂਦਾ, ਹੱਥ ਖੜੇ ਕਰੋ, ਤੇ ਸਾਰੇ ਹੱਥ ਖੜੇ ਕਰਕੇ ਕਹਿੰਦੇ ਨੇ ਹਾਂਜੀ ਸਾਡਾ ਬਿੱਲ ਜ਼ੀਰੋ ਆ ਰਿਹਾ। ਤੇ ਇੱਕ ਗੱਲ ਵਿੱਚ ਜ਼ਰੂਰ ਬੋਲ ਕੇ ਪੁੱਛਿਆ ਕਰੋ ਕਿ ਲੋਕੋ ਜਿੰਨੇ ਜਾਣੇ ਬੈਠੇ ਜੇ ਦੱਸੋ ਤੁਹਾਡੇ ਚੋਂ ਕਿੰਨੇ 22 ਵਾਲੇ ਨੇ, ਕਿੰਨੇ 14 ਵਾਲੇ ਨੇ, ਕਿੰਨੇ 19 ਵਾਲੇ ਨੇ, ਹੱਥ ਖੜੇ ਕਰੋ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਵਿੱਚ ਬਸ 5-4% ਹੀ ਹੱਥ ਖੜੇ ਹੋਣਗੇ, 100 ਬੰਦੇ ਦੇ ਵਿੱਚੋਂ 4 ਬੰਦਿਆਂ ਦੇ ਹੱਥ ਖੜੇ ਹੋਣਗੇ, ਅੱਬਲ ਉਹ ਵੀ ਨਹੀਂ ਹੋਣੇ। ਤੇ ਤੁਹਾਡੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਤੁਸੀਂ ਭੁਮੱਕੜ ਕਹਿੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਨਾ ਤੁਹਾਡੇ ਬਾਲੇ ਹੋਏ ਬੂੰਦ ਬੂੰਦ ਤੇਲ ਦਾ ਮੈਂ ਮੁੱਲ ਮੋੜੂੰਗਾ, ਅੱਜ ਬਾਈ ਉਹ ਜਮਾਂ ਟੁੱਟ ਕੇ ਘਰੇ ਬਹਿ ਗਏ ਨੇ। ਤੇ ਜਿਹੜੇ ਸਾਨੂੰ ਟੌਟ ਮਾਰਦੇ ਸੀ, ਜਿਹੜੇ ਕਹਿੰਦੇ ਬੌਕਰ ਵਾਲੇ ਕੂਚੀ ਵਾਲੇ, ਉਹ ਬੰਦਿਆਂ ਨੂੰ ਮੂਹਰੇ ਲਾ ਰਿਹਾ ਉਹਨਾਂ ਦੇ ਸਿਰਾਂ ਤੇ ਭਾਰੇ ਜੇ, ਮੈਂ ਲਿਖ ਕੇ ਦਿੰਦਾ ਮੇਰੇ ਤੋਂ ਕਾਗਜ਼ ਤੇ ਸਾਈਨ ਕਰਾ ਲਓ, ਇਹਨਾਂ ਦੇ ਵਿੱਚੋਂ 80% ਬੰਦੇ ਘਰ ਵਾਪਸੀਆਂ ਕਰਨਗੇ, ਹੁਣ ਨਹੀਂ 27 ਚ 80% ਬੰਦੇ ਆਪਦੀਆਂ ਪਾਰਟੀਆਂ ਚਲੇ ਜਾਣੇ ਨੇ। ਫਿਰ ਤੁਸੀਂ ਕਾਪੀਆਂ ਤੇ ਫਰੋਲ ਫਰੋਲ ਕੇ ਨੰਬਰ ਲੱਭੋਗੇ, 22 ਆ ਜਿਹੜੀਆਂ 2022 ਵਾਲੀਆਂ ਕਾਪੀਆਂ ਚੱਕੋਗੇ ਕਿ ਉਹਨਾਂ ਨੂੰ ਲਾਓ ਫੋਨ ਹੁਣ ਤੇ ਜਨਾਬ ਅੱਜ ਤੁਸੀਂ ਨੀ ਉਹਨਾਂ ਦੀ ਸਾਰ ਲੈ ਰਹੇ, ਤੁਸੀਂ ਨੀ ਉਹਨਾਂ ਦੀ ਸੁਣਦੇ, ਤੇ ਬਾਅਦ ਦੇ ਵਿੱਚ 27 ਦੇ ਵਿੱਚ ਸੁਣਨੀ ਇਹਨਾਂ ਨੇ ਵੀ ਨਹੀਂ ਤੁਹਾਡੀ, ਕਿਉਂਕਿ ਇੱਕ ਵਾਰੀ ਕਿਸੇ ਨੂੰ ਧੋਖਾ ਦਿੱਤਾ ਜਾ ਸਕਦਾ, ਵਾਰ ਵਾਰ ਨਹੀਂ। ਤਾਂ ਕਰਕੇ ਸੀਐਮ ਸਾਹਿਬ ਆਖਰੀ ਉਮੀਦ ਹੀ ਹੈ ਤੁਸੀਂ ਪਲੀਜ਼ ਜਿਹੜੇ ਤੁਹਾਡੇ ਵਧਾਇਕਾਂ ਦੀਆਂ ਵਧਾਇਕੀਆਂ ਨੇ ਸਾਡੇ ਪੁਰਾਣੇ ਵਰਕਰਾਂ ਤੇ ਹੱਦੋਂ ਵੱਧ ਚੱਕੀਆਂ ਨੇ, ਕਿਰਪਾ ਕਰਕੇ ਧਿਆਨ ਦਿਓ। ਜਦੋਂ ਸੀਐਮ ਸਾਹਿਬ ਤੁਸੀਂ ਇਕੱਠ ਦੇ ਵਿੱਚ ਆਉਂਦੇ ਹੋ ਜਾਂ ਰੋਡ ਸ਼ੋਅ ਕਰਦੇ ਹੋ, ਤੁਸੀਂ ਇੱਕ ਗੱਲ ਕਹਿੰਦੇ ਜੇ ਕਿ ਦੱਸੋ ਲੋਕੋ ਤੁਹਾਡਾ ਬਿੱਲ ਜ਼ੀਰੋ ਆਉਂਦਾ ਕਿ ਨਹੀਂ ਆਉਂਦਾ, ਹੱਥ ਖੜੇ ਕਰੋ, ਤੇ ਸਾਰੇ ਹੱਥ ਖੜੇ ਕਰਕੇ ਕਹਿੰਦੇ ਨੇ ਹਾਂਜੀ ਸਾਡਾ ਬਿੱਲ ਜ਼ੀਰੋ ਆ ਰਿਹਾ। ਤੇ ਇੱਕ ਗੱਲ ਵਿੱਚ ਜ਼ਰੂਰ ਬੋਲ ਕੇ ਪੁੱਛਿਆ ਕਰੋ ਕਿ ਲੋਕੋ ਜਿੰਨੇ ਜਾਣੇ ਬੈਠੇ ਜੇ ਦੱਸੋ ਤੁਹਾਡੇ ਚੋਂ ਕਿੰਨੇ 22 ਵਾਲੇ ਨੇ, ਕਿੰਨੇ 14 ਵਾਲੇ ਨੇ, ਕਿੰਨੇ 19 ਵਾਲੇ ਨੇ, ਹੱਥ ਖੜੇ ਕਰੋ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਵਿੱਚ ਬਸ 5-4% ਹੀ ਹੱਥ ਖੜੇ ਹੋਣਗੇ, 100 ਬੰਦੇ ਦੇ ਵਿੱਚੋਂ 4 ਬੰਦਿਆਂ ਦੇ ਹੱਥ ਖੜੇ ਹੋਣਗੇ, ਅੱਬਲ ਉਹ ਵੀ ਨਹੀਂ ਹੋਣੇ। ਤੇ ਤੁਹਾਡੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਤੁਸੀਂ ਭੁਮੱਕੜ ਕਹਿੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਨਾ ਤੁਹਾਡੇ ਬਾਲੇ ਹੋਏ ਬੂੰਦ ਬੂੰਦ ਤੇਲ ਦਾ ਮੈਂ ਮੁੱਲ ਮੋੜੂੰਗਾ,
ਅੱਜ ਬਾਈ ਉਹ ਜਮਾਂ ਟੁੱਟ ਕੇ ਘਰੇ ਬਹਿ ਗਏ ਨੇ, ਤੇ ਜਿਹੜੇ ਸਾਨੂੰ ਟੌਟ ਮਾਰਦੇ ਸੀ, ਜਿਹੜੇ ਕਹਿੰਦੇ ਬੌਕਰ ਵਾਲੇ ਕੂਚੀ ਵਾਲੇ, ਉਹ ਬੰਦਿਆਂ ਨੂੰ ਮੂਹਰੇ ਲਾ ਰਿਹਾ ਉਹਨਾਂ ਦੇ ਸਿਰਾਂ ਤੇ ਭਾਰੇ ਜੇ। ਮੈਂ ਲਿਖ ਕੇ ਦਿੰਦਾ, ਮੇਰੇ ਤੋਂ ਕਾਗਜ਼ ਤੇ ਸਾਈਨ ਕਰਾ ਲਓ, ਇਹਨਾਂ ਦੇ ਵਿੱਚੋਂ 80% ਬੰਦੇ ਘਰ ਵਾਪਸੀਆਂ ਕਰਨਗੇ, ਹੁਣ ਨਹੀਂ 27 ਚ 80% ਬੰਦੇ ਆਪਦੀ ਆਪਦੀਆਂ ਪਾਰਟੀਆਂ ਚਲੇ ਜਾਣੇ ਨੇ। ਫਿਰ ਤੁਸੀਂ ਕਾਪੀਆਂ ਤੇ ਫਰੋਲ ਫਰੋਲ ਕੇ ਨੰਬਰ ਲੱਭੋਗੇ, 22 ਆ ਜਿਹੜੀਆਂ 2022 ਵਾਲੀਆਂ ਕਾਪੀਆਂ ਚੱਕੋਗੇ ਕਿ ਉਹਨਾਂ ਨੂੰ ਲਾਓ ਫੋਨ ਹੁਣ, ਤੇ ਜਨਾਬ ਅੱਜ ਤੁਸੀਂ ਨੀ ਉਹਨਾਂ ਦੀ ਸਾਰ ਲੈ ਰਹੇ, ਤੁਸੀਂ ਨੀ ਉਹਨਾਂ ਦੀ ਸੁਣਦੇ, ਤੇ ਬਾਅਦ ਦੇ ਵਿੱਚ 27 ਦੇ ਵਿੱਚ ਸੁਣਨੀ ਇਹਨਾਂ ਨੇ ਵੀ ਨਹੀਂ ਤੁਹਾਡੀ, ਕਿਉਂਕਿ ਇੱਕ ਵਾਰੀ ਕਿਸੇ ਨੂੰ ਧੋਖਾ ਦਿੱਤਾ ਜਾ ਸਕਦਾ, ਵਾਰ ਵਾਰ ਨਹੀਂ। ਤਾਂ ਕਰਕੇ ਸੀਐਮ ਸਾਹਿਬ ਆਖਰੀ ਉਮੀਦ ਜੇ ਤੁਸੀਂ ਪਲੀਜ਼ ਜਿਹੜੇ ਤੁਹਾਡੇ ਵਿਧਾਇਕਾਂ ਦੀਆਂ ਵਿਧਾਇਕੀਆਂ ਨੇ, ਸਾਡੇ ਪੁਰਾਣੇ ਵਰਕਰਾਂ ਤੇ ਹੱਦੋਂ ਵੱਧ ਚੱਕੀਆਂ ਨੇ, ਕਿਰਪਾ ਕਰਕੇ ਧਿਆਨ ਦਿਓ। ਜਦੋਂ ਸੀਐਮ ਸਾਹਿਬ ਤੁਸੀਂ ਇਕੱਠ ਦੇ ਵਿੱਚ ਆਉਂਦੇ ਹੋ ਜਾਂ ਰੋਡ ਸ਼ੋਅ ਕਰਦੇ ਹੋ, ਤੁਸੀਂ ਇੱਕ ਗੱਲ ਕਹਿੰਦੇ ਜੇ ਕਿ ਦੱਸੋ ਲੋਕੋ ਤੁਹਾਡਾ ਬਿੱਲ ਜ਼ੀਰੋ ਆਉਂਦਾ ਕਿ ਨਹੀਂ ਆਉਂਦਾ, ਹੱਥ ਖੜੇ ਕਰੋ, ਤੇ ਸਾਰੇ ਹੱਥ ਖੜੇ ਕਰਕੇ ਕਹਿੰਦੇ ਨੇ ਹਾਂਜੀ ਸਾਡਾ ਬਿੱਲ ਜ਼ੀਰੋ ਆ ਰਿਹਾ। ਤੇ ਇੱਕ ਗੱਲ ਵਿੱਚ ਜ਼ਰੂਰ ਬੋਲ ਕੇ ਪੁੱਛਿਆ ਕਰੋ ਕਿ ਲੋਕੋ ਜਿੰਨੇ ਜਾਣੇ ਬੈਠੇ ਜੇ ਦੱਸੋ ਤੁਹਾਡੇ ਚੋਂ ਕਿੰਨੇ 22 ਵਾਲੇ ਨੇ, ਕਿੰਨੇ 14 ਵਾਲੇ ਨੇ, ਕਿੰਨੇ 19 ਵਾਲੇ ਨੇ, ਹੱਥ ਖੜੇ ਕਰੋ। ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਵਿੱਚ ਬਸ 5-4% ਹੀ ਹੱਥ ਖੜੇ ਹੋਣਗੇ, 100 ਬੰਦੇ ਦੇ ਵਿੱਚੋਂ 4 ਬੰਦਿਆਂ ਦੇ ਹੱਥ ਖੜੇ ਹੋਣਗੇ, ਅੱਬਲ ਉਹ ਵੀ ਨਹੀਂ ਹੋਣੇ। ਤੇ ਤੁਹਾਡੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਤੁਸੀਂ ਭੁਮੱਕੜ ਕਹਿੰਦੇ ਸੀ, ਜਿਨ੍ਹਾਂ ਨੂੰ ਕਹਿੰਦੇ ਸੀ ਨਾ ਤੁਹਾਡੇ ਬਾਲੇ ਹੋਏ ਬੂੰਦ ਬੂੰਦ ਤੇਲ ਦਾ ਮੈਂ ਮੁੱਲ ਮੋੜੂੰਗਾ, ਅੱਜ ਬਾਈ ਉਹ ਜਮਾਂ ਟੁੱਟ ਕੇ ਘਰੇ ਬਹਿ ਗਏ ਨੇ, ਤੇ ਜਿਹੜੇ ਸਾਨੂੰ ਟੌਟ ਮਾਰਦੇ ਸੀ, ਜਿਹੜੇ ਕਹਿੰਦੇ ਬੌਕਰ ਵਾਲੇ ਕੂਚੀ ਵਾਲੇ, ਉਹ ਬੰਦਿਆਂ ਨੂੰ ਮੂਹਰੇ ਲਾ ਰਿਹਾ ਉਹਨਾਂ ਦੇ ਸਿਰਾਂ ਤੇ ਭਾਰੇ ਜੇ। ਮੈਂ ਲਿਖ ਕੇ ਦਿੰਦਾ, ਮੇਰੇ ਤੋਂ ਕਾਗਜ਼ ਤੇ ਸਾਈਨ ਕਰਾ ਲਓ, ਇਹਨਾਂ ਦੇ ਵਿੱਚੋਂ 80% ਬੰਦੇ ਘਰ ਵਾਪਸੀਆਂ ਕਰਨਗੇ, ਹੁਣ ਨਹੀਂ 27 ਚ 80% ਬੰਦੇ ਆਪਦੀ ਆਪਦੀਆਂ ਪਾਰਟੀਆਂ ਚਲੇ ਜਾਣੇ ਨੇ। ਫਿਰ ਤੁਸੀਂ ਕਾਪੀਆਂ ਤੇ ਫਰੋਲ ਫਰੋਲ ਕੇ ਨੰਬਰ ਲੱਭੋਗੇ, 22 ਆ ਜਿਹੜੀਆਂ 2022 ਵਾਲੀਆਂ ਕਾਪੀਆਂ ਚੱਕੋਗੇ ਕਿ ਉਹਨਾਂ ਨੂੰ ਲਾਓ ਫੋਨ ਹੁਣ, ਤੇ ਜਨਾਬ ਅੱਜ ਤੁਸੀਂ ਨੀ ਉਹਨਾਂ ਦੀ ਸਾਰ ਲੈ ਰਹੇ, ਤੁਸੀਂ ਨੀ ਉਹਨਾਂ ਦੀ ਸੁਣਦੇ, ਤੇ ਬਾਅਦ ਦੇ ਵਿੱਚ 27 ਦੇ ਵਿੱਚ ਸੁਣਨੀ ਇਹਨਾਂ ਨੇ ਵੀ ਨਹੀਂ ਤੁਹਾਡੀ, ਕਿਉਂਕਿ ਇੱਕ ਵਾਰੀ ਕਿਸੇ ਨੂੰ ਧੋਖਾ ਦਿੱਤਾ ਜਾ ਸਕਦਾ, ਵਾਰ ਵਾਰ ਨਹੀਂ। ਤਾਂ ਕਰਕੇ ਸੀਐਮ ਸਾਹਿਬ ਆਖਰੀ ਉਮੀਦ ਜੇ ਤੁਸੀਂ ਪਲੀਜ਼ ਜਿਹੜੇ ਤੁਹਾਡੇ ਵਿਧਾਇਕਾਂ ਦੀਆਂ ਵਿਧਾਇਕੀਆਂ ਨੇ, ਸਾਡੇ ਪੁਰਾਣੇ ਵਰਕਰਾਂ ਤੇ ਹੱਦੋਂ ਵੱਧ ਚੱਕੀਆਂ ਨੇ, ਕਿਰਪਾ ਕਰਕੇ ਧਿਆਨ ਦਿਓ।